कल खन्ने विखे राजा वड़िंग ते नाल कोटली वाले परिवार लखवीर लखा इन्हां सारिआं ने रल के SDM खन्ना दे मूहरे धरना लाया कि साढ़े बंदिआं दे उत्ते गलत परचा होया, नजायज परचा होया। धरना खन्ने लग्या, घटना भी खन्ने दी आ, पर मैनूं लाइव तां होणा पिआ क्योंकि उस इन्हां ने अपने धरने दे विच मेरे बारे बहुत बकवास किया, अतवादी तक किया। मुबारक है इन्हां दा मैनूं अतवादी कहना, क्योंकि भाई इस बार लोगों ने अतवादी नूं चुन लिया। ये तुहाडी मैं समझदा बदकिस्मती आ। मैं हुण अज जिहड़ी गल दसण लग्या, जिहड़े बंदिआं करके तुसीं धरना लाया, मैं तुहाडे पंजाब दे प्रधान नूं कहण लग्या कि प्रधान साहब ध्यान नाल सुणियो, साडी सोच है जे असीं अपने हल्कियां दे विच चाहे खन्ना होवे, चाहे पैल होवे, चाहे समराला होवे, साडे भरा ने सारे MLA, उन्हां विच किसे भी बंदे नाल धक्का इस करके ना होवे भी ये अकाली आ जां कांग्रसी आ। असीं गुरु नूं सहु खा के कहने आ, असीं गुरुद्वारियां दी सहु खा के कहने आ कि असीं किसे भी बंदे दे उत्ते इस करके परचा नहीं कराउंदे कि इह जे अकाली आ जां कांग्रसी आ। हां, जे किसे ने गलत कीता होया ओह बख्शिया नहीं जाऊगा। ये बिल्कुल क्लीयर आ। मान साहब की जिहड़ी सोच आ उस सोच दे उत्ते पहरा दिंदे आ। हुण आम लोग सोचते होणे आ कि मैं कल्लियां गल्लां नाल शायद टाइम गुजार रहा, मैं तुहानूं पॉइंट बाई पॉइंट फैक्ट बाई फैक्ट गल दसूंगा कि कल जिहड़ा इन्हां दे पंजाब प्रधान ने आके धरना लाया, कांग्रेस वाले ने, इन्हां कोटली वालिआं ने धरना लाया, कई पुराने MLA जिहड़े लोकां ने नकार दित्ते सी उन्हां ने धरना लाया, किहदे हक दे विच? लै सुणिओ ध्यान दे नाल गल। इह गल हैगी आ रसूलड़े पिंड दी। रसूलड़ा खन्ने दे कोल पिंड आ। उस पिंड दे विच सरपंची दीआं चोणां सी 2018 दे विच, और उह 2018 दी सरपंची दी चोणां दे विच साढ़े इस गरीब परिवार का मुंडा जसवीर सिंह मेरे नाल जिहड़ा बैठा, इहने उहदे विच अपने कागज भरे, हरेक नूं सरपंच लड़न दा अधिकार है, लड़ सकदा है। और नाल दूजे पासे कौन सी? इन्हां दी कांग्रेस वल्लों इन्हां दा ब्लाक प्रधान गुरदीप सिंह रसूलड़ा, जिन्हां नूं इन्हां ने बाद च चेयरमैन भी बनाया, ਉਹ ਇਹਦੇ ਉਲਟ ਸੀਗਾ। ਇਹਨਾਂ ਨੇ ਦੇਖਿਆ ਕਿ ਸਾਡੀ ਸਰਕਾਰ ਆ, ਅਸੀਂ ਚੱਕ ਦਿਆਂਗੇ ਫੱਟੇ, ਇਹ ਕਰ ਦਿਆਂਗੇ ਵੋ ਕਰ ਦਿਆਂਗੇ। ਇਹਨਾਂ ਨੇ ਇਸ ਗਰੀਬ ਬੱਚੇ ਦੇ ਕਾਗਜ਼ ਜਿਹੜੇ ਸੀ ਰੱਦ ਕਰਵਾ ਦਿੱਤੇ, ਕਿਉਂਕਿ ਰਸੂਲੜੇ ਪਿੰਡ ਦੇ ਗੁਰਦੀਪ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ। ਉਹਨੂੰ ਪਤਾ ਸੀ ਜੇ ਚੋਣਾਂ ਹੋ ਗਈਆਂ, ਜੇ ਵੋਟਾਂ ਹੋ ਗਈਆਂ, ਮੈਨੂੰ ਸਰਪੰਚੀ ਨਹੀਂ ਮਿਲਣੀ, ਸਰਪੰਚੀ ਇੱਕ ਗਰੀਬ ਘਰ ਦਾ ਜਵਾਕ ਲੈ ਜੂਗਾ ਤੇ ਮੇਰੀ ਥੂ ਥੂ ਹੋਊਗੀ, ਮੈਂ ਕਾਂਗਰਸ ਦਾ ਬਲਾਕ ਪ੍ਰਧਾਨ, ਸਰਕਾਰ ਸਾਡੀ ਤੇ ਸਰਪੰਚੀ ਕੋਈ ਹੋਰ ਲੈ ਲਿਆ। ਤੇ ਫਿਰ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਨੌਜਵਾਨ ਦੇ ਕਾਗਜ਼ ਰੱਦ ਕਰਾਏ। ਇਹ ਰੱਦ ਕਰਾਏ ਤੇ BDPO ਦਫ਼ਤਰ ਤੋਂ ਝੂਠੀ ਰਿਪੋਰਟ ਤਿਆਰ ਕਰਵਾ ਕੇ ਇਹਨਾਂ ਨੇ ਕਾਗਜ਼ ਰੱਦ ਕਰਵਾ ਦਿੱਤੇ। ਫਿਰ ਇਹ ਨੌਜਵਾਨ ਪੜ੍ਹਿਆ ਲਿਖਿਆ ਗ੍ਰੈਜੂਏਟ ਮੁੰਡਾ, ਇਹ ਕਿੱਥੇ ਟੱਲਣ ਵਾਲਾ ਸੀ? ਇਹ ਕਹਿੰਦਾ ਵੀ RTI ਦਾ ਅਧਿਕਾਰ ਆ ਸਾਡੇ ਕੋਲ, ਇਹਨੇ RTI ਪਾਈ, RTI ਮੰਗੀ ਕਿ ਮੈਨੂੰ ਦੱਸਿਆ ਜਾਵੇ ਕਿ ਮੇਰੇ ਕਾਗਜ਼ ਕਿਉਂ ਰੱਦ ਕਰਾਏ। BDPO ਦਫ਼ਤਰ ਨੇ ਇਹਨੂੰ ਸਾਲ ਤੱਕ RTI ਨਹੀਂ ਦਿੱਤੀ। ਇਹ ਗੇੜੇ ਦੇ ਗੇੜਾ ਸਰਕਾਰ ਡਾਢਿਆਂ ਦੀ ਸੀ, ਕੌਣ ਪੁੱਛਦਾ ਇਹਦੀ RTI ਨੂੰ? ਬਿਲਕੁਲ ਇਹਨਾਂ ਦੀ RTI ਦਾ ਕੋਈ ਜਵਾਬ ਨਹੀਂ ਦਿੱਤਾ ਦੋਸਤੋ। ਫਿਰ ਇਹਨੇ ਚੰਡੀਗੜ੍ਹ ਦੇ ਵਿੱਚ ਜਾ ਕੇ ਅਪੀਲ ਪਾਈ, ਜਦੋਂ ਕਮਿਸ਼ਨ ਕੋਲ ਅਪੀਲ ਪਾਈ ਫਿਰ ਕਮਿਸ਼ਨ ਕੋਲ ਦਾ ਜਵਾਬ ਇਹਨਾਂ ਨੂੰ ਦੇਣਾ ਪੈਣਾ ਸੀ, ਚਾਹੇ ਝੂਠਾ ਦੇਣਾ ਪੈਣਾ ਸੀ ਚਾਹੇ ਸੱਚਾ ਦੇਣਾ ਪੈਣਾ ਸੀ। ਫਿਰ ਜਦੋਂ ਕਮਿਸ਼ਨ ਕੋਲ ਜਾ ਕੇ ਇਹਨਾਂ ਨੇ ਜਵਾਬ ਦਿੱਤਾ ਤਾਂ ਇੱਥੋਂ ਉਸ ਦਾ ਕਮਿਸ਼ਨ ਨੇ ਇਹਨਾਂ ਨੂੰ ਉਸਦਾ ਜਵਾਬ ਮਿਲਿਆ ਕਿ ਤੁਹਾਡੇ ਵੱਲ ਕੋਈ ਦੇਣਦਾਰੀ ਨਹੀਂ, ਕਿ ਜਸਵੀਰ ਸਿੰਘ ਵੱਲ ਕੋਈ ਦੇਣਦਾਰੀ ਨਹੀਂ, ਇਹਦੇ ਕਾਗਜ਼ ਗਲਤ ਰੱਦ ਕੀਤੇ ਆ। ਔਰ ਉਸ ਤੋਂ ਬਾਅਦ ਸਰਕਾਰ ਇਹਨਾਂ ਦੀ ਸੀ ਤੇ ਕਮਿਸ਼ਨ ਨੇ 10-10-19 ਨੂੰ ਆਰਡਰ ਡਾਇਰੈਕਟਰ ਪੰਚਾਇਤ ਨੂੰ ਭੇਜਿਆ ਕਿ ਇਹਨਾਂ ਨੇ ਗਲਤ ਕਾਗਜ਼ ਰੱਦ ਕੀਤੇ ਆ, ਇਹਨਾਂ ਦੇ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇ। ਕੌਣ ਕਰਦਾ? ਸਰਕਾਰ ਸਾਡੀ ਆ, ਕੈਪਟਨ ਦੀ ਸਰਕਾਰ ਆ, ਕਿਹੜਾ ਕਿਸੇ ਨੂੰ ਪੁੱਛਦਾ? ਇੱਕ ਬੰਦਾ ਜਿਹੜਾ ਵਿਚਾਰਾ ਧੱਕੇ ਖਾਂਦਾ, ਕਦੇ ਕਿਸੇ ਦਫ਼ਤਰ ਕਦੇ ਕਿਸੇ ਦਫ਼ਤਰ, ਕੋਈ ਡਾਇਰੈਕਟਰ ਪੰਚਾਇਤ ਨੇ ਕਾਰਵਾਈ ਨਹੀਂ ਕੀਤੀ। ਲਗਾਤਾਰ 4 ਸਾਲ ਲੜਦਾ ਰਿਹਾ ਉਹਨਾਂ ਦੇ ਖਿਲਾਫ਼, ਪਰ ਉਹਨਾਂ ਨੇ ਕੋਈ ਇਹਦੀ ਪੇਸ਼ ਨਹੀਂ ਜਾਣ ਦਿੱਤੀ।
ਮੈਨੂੰ ਲੱਗਦਾ ਹਜ਼ਾਰਾਂ ਦਾ ਤੇਲ ਫੁਕ ਲਿਆ ਹੋਣਾ ਕਦੇ ਕਿਹੜੇ ਦਫ਼ਤਰ ਕਦੇ ਕਿਹਦੇ ਕੋਲ ਜਾ ਕਦੇ ਕਿਹਦੇ ਕੋਲ ਜਾ ਇਹਦੀ ਕੋਈ ਪੇਸ਼ ਨਹੀਂ ਜਾਣ ਦਿੱਤੀ। 3 ਕਰੋੜ ਪੰਜਾਬੀਆਂ ਨੇ ਬਹਾਦਰ ਪੰਜਾਬੀਆਂ ਨੇ ਸੱਚੀ ਸੁੱਚੀ ਸਰਕਾਰ ਲੈ ਕੇ ਆਉਂਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਉਂਦੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਤੇ ਇਹਦੀ ਥੋੜੀ ਜਿਹੀ ਆਸ ਜਾਗ ਗਈ ਕਿ ਹੁਣ ਮੁੱਖ ਮੰਤਰੀ ਸਾਡਾ ਬਣ ਗਿਆ ਹੁਣ ਸਾਨੂੰ ਇਨਸਾਫ ਮਿਲੂਗਾ। ਤੇ ਫੇਰ ਇਹਨਾਂ ਨੇ ਕੀ ਕੀਤਾ ਇੱਕ ਚਿੱਠੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਾ ਦਿੱਤੀ ਕਿ ਮਾਨ ਸਾਹਿਬ ਇਹ ਮੇਰੇ ਨਾਲ ਧੱਕਾ ਹੋਇਆ ਮੈਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਰਿਪੋਰਟ ਆ ਮੇਰੀ ਝੂਠੀ ਬਣ ਕੇ ਗਈ ਆ। ਤੇ ਮਾਨ ਸਾਹਿਬ ਨੇ ਕੀ ਕੀਤਾ ਇਨਕੁਆਇਰੀ ADCD ਲੁਧਿਆਣੇ ਨੂੰ ਦੇ ਦਿੱਤੀ ਕਿ ਜਦੋਂ ਬਕਾਇਆ ਹੀ ਨਹੀਂ ਤਾਂ ਫਿਰ ਕਾਗਜ਼ ਕਿਉਂ ਰੱਦ ਕੀਤੇ ਆ। ਫਿਰ ਕੀ ਹੋਇਆ ਫਿਰ ਇਹਨਾਂ ਸਾਰਿਆਂ ਨੇ ਵਿੱਚੇ ਹੀ ਸਰਪੰਚ ਵਿੱਚੇ ਹੀ BDPO ਵਿੱਚੇ ਹੀ ਸੈਕਟਰੀ ਵਿੱਚੇ ਹੀ 3 ਨੰਬਰਦਾਰ ਤੇ 3 ਪੰਚ ਤੇ ਬਲਾਕ ਸੰਮਤੀ ਮੈਂਬਰ ਸਾਬਕਾ ਸਰਪੰਚ ਸਾਰਿਆਂ ਨੇ 60-60 ਹੋ ਕੇ ਇੱਕ ਜਿਹੜਾ ਸਾਡਾ ADCD ਆ ਉਹਨੂੰ ਰਿਪੋਰਟ ਦੇ ਦਿੱਤੀ ਕਹਿੰਦੇ ਜੀ ਦੇਣਦਾਰੀ ਇਹਦੇ ਵੱਲ ਨਹੀਂ ਇਹਦੇ ਦਾਦੇ ਵੱਲ ਨਿਕਲਦੀ ਆ। ਸੁਣਿਓ ਗੱਲ ਧਿਆਨ ਨਾਲ ਕਹਿੰਦੇ ਦੇਣ ਆਪਣਾ ਬਚਣ ਦੇ ਲਈ ਕਿਉਂਕਿ ਸਾਰੇ ਕੁੰਡੀ ਫਸਦੀ ਸੀ ਉਧਰ ਭਗਵੰਤ ਮਾਨ ਬੈਠਾ ਸੀ ਛਿੱਤਰ ਲੈ ਕੇ ਇਹਨਾਂ ਨੂੰ ਪਤਾ ਸੀ ਵੀ ਹੁਣ ਛਿੱਤਰ ਪੈਣਗੇ ਇਹਨਾਂ ਨੇ ਰਿਪੋਰਟ ਝੂਠੀ ਸਾਰਿਆਂ ਨੇ 60-60 ਹੋ ਕੇ ਬਣਾ ਲਈ ਕਿ ਦੇਣਦਾਰੀ ਇਹਦੀ ਨਹੀਂ ਇਹਦੇ ਦਾਦੇ ਵੱਲ ਨਿਕਲਦੀ ਆ। ਰਿਪੋਰਟ ਬਣਾ ਕੇ ਦਿੱਤੀ ਕੀ ਰਿਪੋਰਟ ਬਣਾ ਕੇ ਦਿੱਤੀ ਕਿ ਅਜਮੇਰ ਸਿੰਘ ਸਨ ਉਫ ਗੁੱਲੀ ਉਰਫ ਗੁਲੀਆ ਵੱਲ ਦੇਣਦਾਰੀ ਆ। ਇਹ ਰਿਪੋਰਟ ਜਦੋਂ ADC ਸਾਹਿਬ ਕੋਲ ਗਈ ਤਾਂ ਨੌਜਵਾਨ ਨੂੰ ਬੁਲਾਇਆ ਗਿਆ ਸਰਦਾਰ ਜਸਵੀਰ ਸਿੰਘ ਨੂੰ ਇਹਨੂੰ ਪੁੱਛਿਆ ਗਿਆ ਕਿ ਭਾਈ ਤੇਰੇ ਦਾਦੇ ਵੱਲ ਦੇਣਦਾਰੀ ਆ। ਇਹ ਮੁੰਡਾ ਕਹਿੰਦਾ ਜੀ ਗੁੱਲੀ ਤੇ ਉਰਫ ਗੁਲੀਆ ਮੇਰਾ ਤਾਂ ਕੋਈ ਦਾਦੇ ਦਾ ਹੀ ਨਾਂ ਨਹੀਂ। ਕਹਿੰਦਾ ਮੇਰੇ ਦਾਦੇ ਦਾ ਨਾਂ ਅਜਮੇਰ ਸਿੰਘ ਪੁੱਤਰ ਇੰਦਰ ਸਿੰਘ। ਇੱਥੇ ਵੀ ਇਹਨਾਂ ਸਾਰਿਆਂ ਨੇ ਗੁਲੀਆ ਬਣਾ ਕੇ ਝੂਠੀ ਜੀ ਇੱਕ ਰਿਪੋਰਟ ਬਣਾ ਕੇ ਸਾਰਿਆਂ ਤੋਂ ਸਾਈਨ ਕਰਾ ਲਏ ਵਿੱਚ ਹੀ ਸਰਪੰਚਾਂ ਤੋਂ ਸਾਈਨ ਕਰਾ ਲਏ ਵਿੱਚ ਹੀ ਪੰਚ ਤੋਂ ਸਾਈਨ ਕਰਾ ਲਏ ਵਿੱਚ ਹੀ ਨੰਬਰਦਾਰਾਂ ਤੋਂ ਸਾਈਨ ਕਰਾ ਲਏ। ਕਹਿੰਦੇ ਇਹ ਤਾਂ ਗੁਲੀਏ ਵੱਲ ਪਰ ਉਹ ਗੁਲੀਆ ਇਹਦਾ ਦਾਦਾ ਹੀ ਨਹੀਂ ਝੂਠਾ ਬਣਾ ਲਿਆ ਤੇ ਫੇਰ ਮਾਨ ਸਾਹਿਬ ਕਿੱਥੇ ਛੱਡਣ ਵਾਲੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆ ਸੱਚੇ ਲੋਕਾਂ ਨੇ ਸਰਕਾਰ ਚੁਣੀਆਂ ਲੋਕੋ ਤੁਸੀਂ ਸਰਕਾਰ ਚੁਣੀਆਂ ਇਹਨਾਂ ਸਾਰਿਆਂ ਦੇ ਉੱਤੇ ਸਰਪੰਚ ਹੋ ਗਿਆ ਜਿਹੜਾ ਇਹਨਾਂ ਦਾ ਚੇਅਰਮੈਨ ਵੀ ਆ BDPO ਸੈਕਟਰੀ 3 ਨੰਬਰਦਾਰ ਬਲਾਕ ਸੰਮਤੀ ਮੈਂਬਰ ਸਾਬਕਾ ਸਰਪੰਚ ਤੇ 3 ਦਾਦਿਆਂ ਦੇ ਉੱਪਰ 3 ਪੰਚਾਂ ਦੇ ਉੱਪਰ 420 465 467 468 471 166 120 ਦਾ ਪਰਚਾ ਹੋਇਆ। ਤੁਸੀਂ ਸਾਰੇ ਜਣੇ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਕਿ ਇਹ ਪਰਚਾ ਗਲਤ ਹੋਇਆ। ਇੱਕ ਜਿਹੜਾ ਨੌਜਵਾਨ 5 ਸਾਲ ਤੋਂ ਭਟਕ ਰਿਹਾ ਸੀ ਕਿ ਉਹਨੂੰ ਇਨਸਾਫ਼ ਨਹੀਂ ਸੀ ਮਿਲਣਾ ਚਾਹੀਦਾ ਇਹ ਇਨਸਾਫ਼ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤਾ। ਸਾਨੂੰ ਮਾਣ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਂ ਤੇ ਆਮ ਆਦਮੀ ਪਾਰਟੀ ਦਾ ਹਿੱਸਾ। ਇਨਕਲਾਬ ਜਿੰਦਾਬਾਦ। ਕੀ ਕਹਿਣਾ ਚਾਹੁੰਦਾ ਬੇਟਾ ਤੂੰ? ਮੈਨੂੰ ਤਾਂ ਜੀ ਇਹਨਾਂ ਨੇ ਬਹੁਤ ਹੈਰਾਨ ਕਰਿਆ, ਮਤਲਬ ਉਸ ਵਕਤ ਇਹਨਾਂ ਨੇ ਮੇਰੀ ਇਹੋ ਜਿਹੀ ਸਪੀਡ ਲਵਾਈ ਹੈ ਕਿ ਜਸਵਾ ਸਾਹਿਬ ਕਦੇ ਤਾਂ ਮੈਂ ਕਿਧਰੇ ਭੱਜਦਾ ਸੀ ਕਦੇ ਕਿਧਰੇ ਭੱਜਦਾ ਸੀ, ਇੱਥੇ ਤੱਕ ਇਹਨਾਂ ਨੇ ਮੇਰੇ ਘਰ ਦੇ ਵਿੱਚ ਪੁਲਿਸ ਨੂੰ ਵਾੜ ਦਿੰਦੇ ਸੀ। ਅੱਛਾ, ਹਾਂਜੀ, ਜਦੋਂ ਤੂੰ RTI ਮੰਗਦਾ ਸੀ ਜਦੋਂ ਇਹਨਾਂ ਦੀ ਸਰਕਾਰ ਸੀ। ਬਿਲਕੁਲ ਜੀ ਬਿਲਕੁਲ, ਇਹ ਕਦੇ ਪੁਲਿਸ ਭੇਜਦੀ ਕਦੇ ਕੁਛ ਕਦੇ ਕੁਛ, ਇਹਨਾਂ ਨੇ ਬਹੁਤ ਮਤਲਬ ਮੈਨੂੰ ਤੰਗ ਕਰਿਆ। ਹੁਣ ਮਾਨ ਸਾਹਿਬ ਦੀ ਸਰਕਾਰ ਨੇ ਕਾਰਵਾਈ ਕੀਤੀ ਆ ਸੰਤੋਸ਼ ਦਾ? ਬਿਲਕੁਲ ਕੀਤੀ ਆ ਜੀ। ਕਲੇਜੇ 'ਚ ਠੰਡ ਪਈ ਆ ਪੂਰੀ ਜੀ ਪੂਰੀ? 5 ਸਾਲ ਹੋ ਗਏ ਤੈਨੂੰ ਲੜਦੇ ਨੂੰ ਇਸ ਗੱਲ ਲਈ, ਪਰ ਇਹ ਮਾਨ ਸਾਹਿਬ ਦੀ ਸਰਕਾਰ ਤੋਂ ਬਿਨਾਂ ਸੰਭਵ ਸੀ? ਨਹੀਂ ਸੰਭਵ ਸੀ। ਇਹ ਜਿਹੜੇ ਕਹਿੰਦੇ ਆ ਵੀ ਝੂਠੇ ਵੀ ਇਹ ਤਾਂ ਜੀ ਪੋਲੀਟੀਕਲ ਰੰਜਿਸ਼ ਦੇ ਨਾਲ ਪਰਚਾ ਹੋਇਆ, ਕੀ ਇਹ ਪੋਲੀਟੀਕਲ ਰੰਜਿਸ਼ ਦੇ ਨਾਲ ਹੋਇਆ? ਬਿਲਕੁਲ ਨਹੀਂ ਹੋਇਆ ਜੀ। ਚਾਹੇ ਇਹ ਮੇਰੇ ਨਾਲ ਬੈਠ ਕੇ ਡਿਬੇਟ ਤੇ ਬੈਠ ਸਕਦੇ ਨੇ, ਮੈਂ ਪੇਪਰ ਲੈ ਕੇ ਬੈਠ ਜਾਂਦਾ ਆਪਣਾ ਜੇ ਇਹਨਾਂ ਨੂੰ ਇੰਨੀ ਉਹ ਗੱਲ ਹੈ ਵੀ ਹਾਂ ਇਹ ਗਲਤ ਹੋਇਆ, ਪਰ ਬਿਲਕੁਲ ਸਹੀ ਹੋਇਆ ਜੀ। 4 ਸਾਲ ਤਾਂ ਇਨਕੁਆਇਰੀ ਚਲੀ ਗਈ ਹੈ ਜੀ।